ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਅੱਜ 22 ਅਗਸਤ ਰਾਤ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਲਗਭਗ ਦੇਰ ਸ਼ਾਮ 7 ਵਜੇ ਦੇ ਆਸ-ਪਾਸ ਤੋਂ ਲੈ ਕੇ ਪੂਰੀ ਰਾਤ ਕੀ ਮੌਸਮ ਦੀ ਹਲਚਲ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਸੋ ਜਿਵੇਂ ਕਿ ਆਪਾਂ 2 ਦਿਨ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ 22 ਤਰੀਕ ਤੋਂ ਦੁਪਹਿਰ ਸ਼ਾਮ ਦੇ ਆਸ-ਪਾਸ ਤੋਂ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਅਗਲੇ 1-2 ਦਿਨਾਂ ਤੱਕ ਜਾਰੀ ਰਹਿ ਸਕਦੀਆਂ ਨੇ ਤਾਂ ਉਸੇ ਤਰ੍ਹਾਂ ਦਿੱਤੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਦੇ ਆਸ-ਪਾਸ ਤੋਂ ਹੀ ਪੰਜਾਬ ਦੇ ਪੂਜ ਪੂਰਬੀ ਹਿੱਸਿਆਂ ਤੋਂ ਕੁਝ ਉੱਤਰੀ ਹਿੱਸਿਆਂ ਤੋਂ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੇ ਸਪੈਲ ਸ਼ੁਰੂ ਹੋਏ ਨੇ ਤੇ ਤੇ ਹੁਣ ਉਹੀ ਬਦਲ ਬਾਈ ਹੈ ਜਿਹੜੀ ਅੱਗੇ ਵਧ ਰਹੀ ਹੈ ਲਗਾਤਾਰ ਤੇ ਪੰਜਾਬ ਦੇ ਹੋਰ ਇਲਾਕਿਆਂ ਨੂੰ ਕਵਰ ਕਰ ਰਹੀ ਹੈ ਇਸ ਤੋਂ ਪਹਿਲਾਂ ਪੱਛਮੀ ਜੁਪੀ ਸਮੇਤ ਹਰਿਆਣੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੇ ਸਪੈਲ ਲੱਗ ਚੁੱਕੇ ਨੇ ਤੇ ਗੱਲ ਕਰੀਏ ਹੁਣ ਪੰਜਾਬ ਦੇ ਅੱਜ ਰਾਤ ਦੇ ਮੌਸਮ ਦੀ ਤਾ ਪੰਜਾਬ ਦੇ ਪਹਿਲਾ ਰਾਤ ਦੇ ਸਮੇਂ ਡੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਮੌਸਮ ਜਿਹੜਾ ਇਹ ਮੇਨ ਤੌਰ ਤੇ ਪੰਜਾਬ ਦੇ ਦੱਖਣ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿੱਚ ਜ਼ਿਆਦਾ ਐਕਟਿਵ ਰਹੇਗਾ। ਇਲਾਕੇ ਪਟਿਆਲੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਹਾਲੀ ਸਾਈਡ ਦੇ ਇਲਾਕੇ ਆਪਣੇ ਐਸਬੀਐਸ ਨਗਰੋਗਾ, ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ, ਗੜਸ਼ੰਕਰ, ਮਾਛੀਵਾੜਾ ਨੇੜੇ-ਤੇੜੇ ਦੇ ਇਲਾਕੇ ਤੇ ਨਾਲ ਲੱਗਦੇ ਭਾਗ ਹੁਸ਼ਿਆਰਪੁਰ ਦੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਦਰਮਿਆਨੇ ਤੋਂ ਲੈ ਕੇ ਕੁਝ ਹਿੱਸਿਆਂ ਵਿੱਚ ਤੇਜ਼ ਮੀਂਹ ਇਸ ਪਹਿਲੇ ਲੱਗ ਸਕਦੇ ਨੇ ਕੁਝ ਭਾਗਾਂ ਵਿੱਚ ਕਿਣ-ਮਣ ਵੀ ਲੰਬੇ ਸਮੇਂ ਤੱਕ ਹੋ ਸਕਦੀ ਹੈ ਬੱਦਲਬਾਹੀ ਦਾ ਦੌਰ ਇਨ੍ਹਾਂ ਇਲਾਕਿਆਂ ਵਿੱਚ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਹੀ ਅਗਲੇ ਘੰਟਿਆਂ ਦੇ ਵਿੱਚ ਲਗਭਗ 9:00 ਵਜੇ ਦੇ ਆਸ-ਪਾਸ ਤੋਂ ਪੰਜਾਬ ਦੇ ਦੱਖਣੀ ਹਿੱਸੇ ਬੱਦਲਵਾਈ ਦੇ ਅੰਡਰ ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਪਟਿਆਲੇ ਤੋਂ ਬਾਅਦ ਸੰਗਰੂਰ ਹੋ ਗਿਆ ਮਾਨਸਾ ਬਠਿੰਡਾ ਦੇ ਇਲਾਕੇ ਹੋਗੇ ਬਰਨਾਲੇ ਦੇ ਹੋਗੇ ਮਲੇਰਕੋਟਲਾ ਹੋ ਗਿਆ ਇਹ ਇਲਾਕੇ ਕਵਰ ਹੋਣਗੇ ਤੇ ਇਨ੍ਹਾਂ ਪਾਗਾਂ ਵਿੱਚ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਤੇ ਕਈ ਪਾਗਾਂ ਵਿੱਚ ਮੀਂਹ ਵੀ ਆਪਾਂ ਨੂੰ ਦਰਮਿਆਨੇ ਪੱਧਰ ਦਾ ਕੁਝ ਇਲਾਕਿਆਂ ਵਿੱਚ ਹਲਕਾ ਦੇਖਣ ਨੂੰ ਮਿਲ ਸਕਦਾ ਹੈ ਇੱਕ ਦੋ ਇਲਾਕਿਆਂ ਵਿੱਚ ਤੇਜ਼ ਛਰਾਟਿਆਂ ਤੋਂ ਇਨਕਾਰ ਨਹੀਂ ਕਰ ਸਕਦੇ ਤੇ ਉੱਥੇ ਹੀ ਗੱਲ ਕਰੀਏ ਦੱਖਣ ਪੱਛਮੀ ਮਾਲਵੇ ਦਾ ਖੇਤਰ ਫਾਜ਼ਿਲਕਾ ਫਰੀਦਕੋਟ ਹੋ ਗਿਆ ਮੁਕਸਰ ਸਾਹਿਬ ਦੇ ਹਿੱਸੇ ਹੋ ਗਏ ਕੁਝ ਭਾਗ ਫਿਰੋਜ਼ਪੁਰ ਦੇ ਹੋਗੇ ਇਨ੍ਹਾਂ ਹਿੱਸਿਆਂ ਦੇ ਵਿੱਚ ਫਿਲਹਾਲ ਜਿਆਦਾ ਵੱਡੀ ਮੌਸਮੀ ਹਲਚਲ ਹੁੰਦੀ ਹੋਈ ਨਹੀਂ ਜਾਪ ਰਹੀ ਪਰ ਇਹ ਬਦਲਣ ਵਾਲੀ ਇਨ੍ਹਾਂ ਇਲਾਕਿਆਂ ਤੱਕ ਪਹੁੰਚੇਗੀ ਜ਼ਰੂਰ ਮੀਂਹ ਦੇ ਅਸਰ ਵੀ ਥੋੜੇ ਬਹੁਤ ਕਈ ਹਿੱਸਿਆਂ ਵਿੱਚ ਬਣ ਸਕਦੇ ਨੇ ਜੇ ਹਲਕੇ ਤੋਂ ਲੈ ਕੇ ਦਰਮਿਆਨੇ ਪਾਦਰ ਦੇ ਪੈਚੀ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਗੱਲ ਕਰੀਏ ਰੈਂਦੇ ਲਾ ਕੇ ਦੋਆਬਾ ਹੋ ਗਿਆ ਜਾਂ ਮਾਝੇ ਦੇ ਖੇਤਰ ਹੋਗੇ ਜਿਵੇਂ ਜਲੰਧਰ ਕਪੂਰਥਲਾ ਨਾਲ ਲੱਗਦੇ ਭਾਗ ਆਪਣੇ ਅਮਰਸਰ ਦੇ ਹੋਗੇ ਗੁਰਦਾਸਪੁਰ ਹੋ ਗਿਆ ਤਰਨਤਨ ਸਾਹਿਬ ਦੇ ਹਿੱਸੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਾਲਕੀ ਕੁਝ ਜਲੰਧਰ ਕਪੂਰਥਲਾ ਤੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਹਿੱਸਿਆਂ ਦੇ ਵਿੱਚ ਤਾਂ ਹਲਕੇ ਫੁਲਕੇ ਮੀਂਹ ਦੇਖਣ ਨੂੰ ਮਿਲ ਚੁੱਕਿਆ ਹੁਸ਼ਿਆਰਪੁਰ ਦੇ ਕਈ ਹਿੱਸਿਆਂ ਵਿੱਚ ਭਾਰੀ ਬਰਸਾਤ ਹੋਈ ਹੈ ਜਲੰਧਰ ਕਪੂਰਥਲਾ ਵਿੱਚ ਵੀ ਥੋੜੇ-ਮੋੜੇ ਜਿਹੜੇ ਮੀਂਹ ਦੇ ਸਵੈਲ ਨੇ ਉਹ ਅੱਜ ਰਾਤ ਨੂੰ ਦੇਖਣ ਨੂੰ ਮਿਲਣਗੇ ਤੇ ਇਸੇ ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਕਾਰਵਾਈਆਂ ਮਾਝੇ ਦੇ ਖੇਤਰ ਵਿੱਚ ਹੋ ਸਕਦੀਆਂ ਨੇ ਪਰ ਅਸਾਰ ਜ਼ਿਆਦਾ ਨਹੀਂ ਹਨ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ-ਪਾਸ ਹੋ ਸਕਦਾ ਹੈ ਉਪਰ ਕੁਝ ਸਮੇਂ ਲਈ ਹੋ ਸਕਦਾ ਕਿ ਤਕੜੀਆਂ ਕਾਰਵਾਈਆਂ ਪੈਚੀ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਦੇਖ ਸਕਦੇ ਨੇ ਉਸ ਤੋਂ ਬਾਅਦ ਜਿਹੜੀ ਅਗਲੀ ਸਵੇਰ ਦੀ ਅਪਡੇਟ ਆਉ ਕੱਲ ਦੀ ਵੀਡੀਓ ਵਿੱਚ ਤੁਹਾਡੇ ਦੀ ਸਾਂਝੀ ਕਰਨ ਲਈ ਹਾਜ਼ਰ ਹੋ ਜਾਵਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ